ਏਵਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹੈ। ਕਰੰਟ ਇਸ਼ੂ ਲਈ ਚੱਲਦੇ ਹਾਂ ਚੰਡੀਗੜ੍ਹ। ਦੱਸਣਾ ਚਾਹੁੰਦਾ ਕਿ ਦੁਸ਼ਹਿਰੇ ਵਾਲੇ ਦਿਨ ਇੱਕ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਬਹੁਤ ਵੱਡਾ ਟ੍ਰੇਨ ਹਾਦਸਾ ਹੋਇਆ ਸੀ, ਜਿਸ ਦੇ ਵਿੱਚ ਕਰੀਬ 60 ਤੋਂ 65 ਦੇ ਕਰੀਬ ਦੱਸਿਆ ਜਾ ਰਿਹਾ ਕਿ ਲੋਕਾਂ ਦੀ ਜਿਹੜੀ ਆ ਉਹ ਮੌਤ ਹੋ ਚੁੱਕੀ ਸੀ ਔਰ ਬਹੁਤ ਸਾਰੇ ਲੋਕ ਜ਼ਖਮੀ ਹੋਏ ਸਨ। ਉਸ ਤੋਂ ਬਾਅਦ ਉਸ ਦੀ ਜਾਂਚ ਵਾਸਤੇ ਮਤਲਬ ਹਾਇਰ ਅਥਾਰਟੀ ਨੂੰ ਉਸ ਦੀ ਜਾਂਚ ਸੌਂਪੀ ਗਈ ਹੈ ਔਰ ਉਸ ਦੀ ਰਿਪੋਰਟ ਆ ਚੁੱਕੀ ਹੈ। ਕੀ ਉਸ ਰਿਪੋਰਟ ਵਿੱਚ ਕਿਸ ਦਾ ਨਾਮ ਹੈ, ਪੂਰੀ ਜਾਣਕਾਰੀ ਦੇਣ ਵਾਸਤੇ ਚੰਡੀਗੜ੍ਹ ਤੋਂ ਵਿਨੋਦ ਸ਼ਰਮਾ ਜੀ ਮੇਰੇ ਨਾਲ ਜੁੜੇ ਨੇ, ਉਹਨਾਂ ਤੋਂ ਲੈਂਦੇ ਹਾਂ ਅਪਡੇਟ। ਸ਼ਰਮਾ ਜੀ, ਇਸ ਰਿਪੋਰਟ ਨੂੰ ਲੈ ਕੇ ਕੀ ਅਪਡੇਟ ਹੈ ਤੁਹਾਡੇ ਕੋਲ? ਜੀ, ਜਿਹੜੀ ਇਹ ਰਿਪੋਰਟ ਹੈ 300 ਪੇਜਾਂ ਦੀ ਰਿਪੋਰਟ ਹੈ, ਇਸ ਦੇ ਵਿੱਚ 150 ਗਵਾਹ ਸੀਗੇ। ਉਸ ਆਧਾਰਿਤ ਦੇ ਉੱਤੇ ਨਵਜੋਤ ਕੌਰ ਨੂੰ ਜਿਹੜਾ ਹੈ ਉਹ ਬਰੀ ਕਰ ਦਿੱਤਾ ਗਿਆ ਹੈ ਕਿ ਨਵਜੋਤ ਕੌਰ ਇਸ ਦੇ ਵਿੱਚ ਜਾਂ ਕਿਸੇ ਤਰੀਕੇ ਦੇ ਵਿੱਚ ਇਸ ਦੇ ਵਿੱਚ ਸ਼ਾਮਿਲ ਨਹੀਂ ਸੀ। ਜੀ, ਮਤਲਬ ਜਾਂਚ ਤੋਂ ਪਹਿਲਾਂ ਹੀ ਇਹ ਤਾਂ ਕਹਿੰਦੇ ਲੋਕ ਤੈਅ ਹੋ ਚੁੱਕਾ ਸੀ ਕਿ ਉਹਦਾ ਇੱਕ ਚੀਫ ਗੈਸਟ ਹੈ, ਉਸ ਨੂੰ ਕੀ ਪਤਾ ਸੀ ਕਿ ਸਾਰਾ ਕੁਝ ਆਉਣਾ ਹੈ? ਜੀ ਬਿਲਕੁਲ, ਨਵਜੋਤ ਕੌਰ ਸਿੱਧੂ ਖੁਦ ਬੋਲ ਰਹੀ ਸੀਗੀ ਕਿ ਮੈਨੂੰ 6 ਜਗ੍ਹਾ ਦੁਸ਼ਹਿਰੇ ਦੇ ਉੱਤੇ ਜਾਣਾ ਸੀ, ਮੈਂ 6 ਜਗ੍ਹਾ ਜਾਣਾ ਸੀ, ਇੱਥੇ ਆਈ ਜ਼ਰੂਰ ਸੀਗੀ। ਉਸ ਤੋਂ ਬਾਅਦ ਮੈਂ ਇੱਥੋਂ ਚਲੀ ਗਈ ਸੀਗੀ, ਮੈਂ ਦੂਸਰੀ ਜਗ੍ਹਾ ਕਿਤੇ ਦੁਸ਼ਹਿਰੇ ਤੇ ਪ੍ਰੋਗਰਾਮ ਤੇ ਚਲੀ ਗਈ ਸੀ। ਇਸੀ ਨੂੰ ਆਧਾਰ ਮੰਨਦੇ ਹੋਏ ਕਮਿਸ਼ਨਰ ਬੀ ਪੁਰਸ਼ਾਤ ਨੇ ਆਪਣੀ ਜਿਹੜੀ ਹੈ ਰਿਪੋਰਟ ਸੌਂਪੀ ਹੈ, ਉਸਦੇ ਵਿੱਚ ਨਵਜੋਤ ਕੌਰ ਸਿੱਧੂ ਨੂੰ ਬਾਜਿਤ ਬਰੀ ਕਰ ਦਿੱਤਾ। ਜੀ, ਲੇਕਿਨ ਵਿਰੋਧੀਆਂ ਨੇ ਤਾਂ ਮੂੰਹ ਹਮੇਸ਼ਾ ਲਈ ਬੰਦ ਕਰ ਦਿੱਤੇ ਇਸ ਜਾਂਚ ਤੋਂ ਬਾਅਦ। ਜੀ ਬਿਲਕੁਲ, ਇਹ ਕਹਿ ਸਕਦੇ ਹਾਂ ਕਿ ਵਿਰੋਧੀਆਂ ਦੇ ਮੂੰਹ ਬੰਦ ਕਰਨ ਵਾਸਤੇ ਹੀ ਇਹ ਜਿਹੜੀ ਜਾਂਚ ਹੈ ਇਹ ਬਿਠਾਈ ਗਈ ਸੀ ਕੈਪਟਨ ਅਮਰਿੰਦਰ ਸਿੰਘ ਦੁਆਰਾ। ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ, ਇਸ ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਇਸ ਦੇ ਵਾਸਤੇ ਕੋਈ ਕਾਨੂੰਨ ਬਣਾਇਆ ਜਾਵੇ, ਜਿੱਥੇ ਐਵੇਂ ਦੇ ਪ੍ਰੋਗਰਾਮ ਹੁੰਦੇ ਹੈ ਇਸਦਾ ਨਿਯਮ ਬਣਾਇਆ ਜਾਵੇ ਤਾਂ ਕਿ ਸਰਕਾਰ ਤੋਂ ਮਨਜ਼ੂਰੀ ਤੋਂ ਬਾਅਦ ਹੀ ਐਵੇਂ ਦੇ ਪ੍ਰੋਗਰਾਮ ਹੋ ਸਕਣ। ਅੱਛਾ, ਕੀ ਵਿਨੋਦ ਜੀ ਇਹ ਦੱਸੋ ਕਿ ਮਤਲਬ ਚੀਫ ਗੈਸਟ ਕਿਤੇ ਵੀ ਜਾਂਦੇ ਹੋ, ਤੁਸੀਂ ਵੀ ਜਾਂਦੇ ਹੋ, ਆਪਾਂ ਵੀ ਦੇਖਦੇ ਹਾਂ, ਕੀ ਮਤਲਬ ਚੀਫ ਗੈਸਟ ਇਸ ਦਾ ਕੋਈ ਆਧਾਰ ਬਣ ਸਕਦਾ ਅਟੈਕ ਦਾ? ਅਟੈਕ ਤਾਂ ਨੈਚੁਰਲ ਹੋਇਆ ਔਰ ਜੋ ਹੋਇਆ, ਨਵਜੋਤ ਸਿੰਘ ਸਿੱਧੂ ਸਾਊਥ ਵਿੱਚ ਬੈਠੇ ਸੀ, ਉਹ ਯਕਦਮ ਆ ਗਏ, ਹਰ ਇੱਕ ਨੂੰ ਦੁੱਖ ਹੋਇਆ, ਲੇਕਿਨ ਇਸ 'ਤੇ ਰਾਜਨੀਤੀ ਜਿਹੜੀ ਕੀਤੀ ਗਈ ਇੰਨੀ ਦੇਰ ਤੱਕ, ਕੀ ਉਹ ਕਰਨੀ ਜਾਇਜ਼ ਸੀਗੀ? ਜੀ, ਇਹ ਲੋਕਾਂ ਨਾਲ ਨਾਇਨਸਾਫੀ ਸੀਗੀ। ਜਿਹੜੀ ਕਲੀਨ ਚਿੱਟ ਦਿੱਤੀ ਹੈ ਇਹਦੇ ਉੱਤੇ ਵੀ ਲਿਖਿਆ ਗਿਆ ਹੈ ਕਿ ਇਹ ਸਿਰਫ ਹਾਦਸਾ ਸੀਗਾ, ਕਿਉਂਕਿ ਚੀਫ ਗੈਸਟ ਜਿੱਥੇ ਵੀ ਜਾਂਦਾ ਹੈ ਉੱਥੇ ਉਹਨੂੰ ਵੈਸੇ ਤਾਂ ਮਾਲੂਮ ਹੋਣਾ ਚਾਹੀਦਾ ਕਿ ਜਿਹੜਾ ਦੁਸਹਿਰੇ ਦਾ ਪ੍ਰੋਗਰਾਮ ਸੀ ਜਾਂ ਹੋਰ ਕੋਈ ਪ੍ਰੋਗਰਾਮ ਹੁੰਦੇ ਇਹਦੇ ਉੱਤੇ ਮਨਜ਼ੂਰੀ ਲਿੱਤੀ ਗਈ ਹੈ ਜਾਂ ਨਹੀਂ ਲਿੱਤੀ ਗਈ। ਇਹ ਨਵਜੋਤ ਕੌਰ ਸਿੱਧੂ ਨੇ ਵੀ ਬੋਲਿਆ ਇਸਦੇ ਬਾਰੇ ਮੈਨੂੰ ਪਤਾ ਨਹੀਂ ਸੀਗਾ ਕਿ ਇਸਦੀ ਮਨਜ਼ੂਰੀ ਲਿੱਤੀ ਗਈ ਹੈ ਜਾਂ ਨਹੀਂ ਲਿੱਤੀ ਗਈ, ਇਹ ਕਿਤੇ ਨਾ ਕਿਤੇ ਕਮੀਆਂ ਹੈ। ਪਰ ਵਿਨੋਦ ਜੀ, ਕੀ ਇਸ ਟ੍ਰੇਨ ਹਾਦਸੇ ਤੋਂ ਬਾਅਦ ਆਪਾਂ ਲੋਕਾਂ ਨੇ ਕੋਈ ਸਬਕ ਲਿਆ? ਉਸ ਤੋਂ ਬਾਅਦ ਵੀ ਤੁਸੀਂ ਦੇਖਦੇ ਆ ਕਿ ਮਤਲਬ ਟ੍ਰੇਨ ਦੇ ਬਿਲਕੁਲ ਕਿਨਾਰੇ ਤੇ ਕੋਈ ਰੈਲੀ ਕਰ ਰਿਹਾ, ਕੋਈ ਕੁਝ ਕਰ ਰਿਹਾ, ਮਤਲਬ ਸਬਕ ਤਾਂ ਅਜੇ ਵੀ ਆਪਾਂ ਨਹੀਂ ਲਿਆ। 300 ਪੇਜਾਂ ਦੀ ਰਿਪੋਰਟ ਹੈ, ਇਸ ਦੇ ਵਿੱਚ ਸਾਫ ਲਿਖਿਆ ਗਿਆ ਕਿ ਇਸਦਾ ਇਸ ਤਰ੍ਹਾਂ ਦੀ ਰੈਲੀਆਂ, ਇਸ ਤਰ੍ਹਾਂ ਦੇ ਪ੍ਰੋਗਰਾਮ ਰੇਲ ਪਟਰੀ ਦੇ ਨਾਲ ਨਾਲ ਨਾ ਹੋਣ, ਇਸੇ ਵਾਸਤੇ ਸਰਕਾਰ ਇਸ ਦੇ ਉੱਤੇ ਪੈਨੀ ਨਿਗਾਹ ਰੱਖੇ ਔਰ ਇਸਦੀ ਮਨਜ਼ੂਰੀ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਕਿ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਇਹ ਪਤਾ ਹੋਵੇ ਕਿ ਇਸ ਜਗ੍ਹਾ ਦੇ ਉੱਤੇ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਬਿਲਕੁਲ ਬਿਲਕੁਲ ਵਿਨੋਦ ਜੀ, ਤੁਸੀਂ ਸਾਨੂੰ ਤਾਜ਼ੀ ਤਾਜ਼ੀ ਅਪਡੇਟ ਦਿੱਤੀ ਹੈ, ਬਹੁਤ ਬਹੁਤ ਮਿਹਰਬਾਨੀ। ਇਹ ਸੀ ਸਾਡੇ ਨਾਲ ਚੰਡੀਗੜ੍ਹ ਤੋਂ ਜੁੜੇ ਵਿਨੋਦ ਸ਼ਰਮਾ ਜੀ, ਜੋ ਸਾਨੂੰ ਨਵਜੋਤ ਕੌਰ ਸਿੱਧੂ ਦੇ ਉੱਪਰ ਜੋ ਜਾਂਚ ਬਿਠਾਈ ਗਈ ਸੀ, ਜੋ ਟ੍ਰੇਨ ਹਾਦਸਾ ਹੋਇਆ ਸੀ ਦੁਸਹਿਰੇ ਵਾਲੇ ਦਿਨ, ਉਸ ਨੂੰ ਲੈ ਕੇ ਕਰ ਰਹੇ ਸਨ ਗੱਲਬਾਤ ਔਰ ਇਹਨਾਂ ਨੇ ਦੱਸਿਆ ਕਿ 300 ਤੋਂ ਵੱਧ ਪੇਜਾਂ ਵਾਲੀ ਇਹ ਰਿਪੋਰਟ ਜਿਹੜੀ ਹੈ ਉਸਦਾ ਅਸਲੀ ਜੋ ਸੱਚ ਹੈ ਉਹ ਪਬਲਿਕ ਦੇ ਸਾਹਮਣੇ ਆ ਚੁੱਕਾ ਔਰ ਵਿਰੋਧੀਆਂ ਦੇ ਮੂੰਹ ਉਹਨਾਂ ਨੇ ਬੰਦ ਕਰ ਦਿੱਤੇ ਨੇ। ਇਹ ਸੀ ਹੁਣ ਤੱਕ ਦੀ ਅਪਡੇਟ, ਬਾਕੀ ਅਪਡੇਟ ਜਿਵੇਂ ਆਉਣਗੇ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ।